ਆਲਵੇਸ ਗਿਵ ਅ ਰਿਸਪੌਂਸ ਗੁੱਡ ਮਾਰਨਿੰਗ ਸਟੂਡੈਂਟਸ ਗੁੱਡ ਮਾਰਨਿੰਗ ਸਰ ਵੈਰੀ ਗੁੱਡ ਬੱਚੇ ਤੁਸੀਂ ਸੋਸ਼ਲ ਸਾਇੰਸ ਪੜ੍ਹਦੇ ਹੋ 9th ਕਲਾਸ ਦੇ ਵਿੱਚ ਸੋਸ਼ਲ ਸਾਇੰਸ ਦੇ ਵਿੱਚ ਇੱਕ ਪਾਰਟ ਹੈ ਇਕਨੋਮਿਕਸ ਇਕਨੋਮਿਕਸ ਹੈ ਸੋਸ਼ਲ ਪੋਲੀਟੀਕਲ ਸਾਇੰਸ ਹੈ ਜੀਓਗ੍ਰਾਫੀ ਹੈ ਸਿਵਿਕਸ ਹੈ ਅਲੱਗ ਅਲੱਗ ਪਾਰਟਸ ਨੇ ਸੋਸ਼ਲ ਸਾਇੰਸ 'ਚ ਉਹਦੇ 'ਚ ਇੱਕ ਪਾਰਟ ਹੈ ਇਕਨੋਮਿਕਸ ਅੱਜ ਆਪਾਂ ਇਕਨੋਮਿਕਸ ਦਾ ਇੱਕ ਟੌਪਿਕ ਪੜ੍ਹਾਂਗੇ ਟੌਪਿਕ ਥੋੜ੍ਹਾ ਜਿਹਾ ਇੰਟਰਸਟਿੰਗ ਮੇਰਾ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਆਈ ਹੋਪ ਕਿ ਤੁਸੀਂ ਸਾਰੇ ਮੇਰੇ ਨਾਲ ਮੇਰੀ ਹੈਲਪ ਵੀ ਕਰੋਗੇ ਓਕੇ ਮੈਂ ਤੁਹਾਨੂੰ ਟੌਪਿਕ ਸੁਣਾਉਣ ਤੋਂ ਪਹਿਲਾਂ ਇੱਕ ਸਟੋਰੀ ਸੁਣਾਉਣਾ ਟੌਪਿਕ ਪੜ੍ਹਨ ਤੋਂ ਪਹਿਲਾਂ ਸਟੋਰੀ ਕੀ ਹੈ ਦੋ ਲੜਕੀਆਂ ਦੀ ਸਟੋਰੀ ਹੈ ਜਾਣ ਦੋ ਲੜਕੀ ਇੱਕ ਲੜਕੀ ਦੇ ਨਾਲ ਕੀ ਸੀ ਅੰਜੂ ਤੇ ਇੱਕ ਲੜਕੀ ਦਾ ਨਾਮ ਕੀ ਸੀ ਮੰਜੂ ਦੋਨੋਂ ਲੜਕੀਆਂ ਆਪਣੇ ਨਾਲ ਹੀ ਹੈ ਅੱਜ ਇਹ ਲੜਕੀ ਦਾ ਨਾਮ ਕੀ ਹੈ ਅੰਜੂ ਇਹ ਲੜਕੀ ਦਾ ਨਾਮ ਕੀ ਹੈ ਦੋਨਾਂ ਦੀਆਂ ਪਿਕਚਰਸ ਦੇਖ ਰਹੇ ਹੋ ਤੁਸੀਂ ਅੰਜੂ ਕਿਸ ਤਰ੍ਹਾਂ ਦੇ ਸਕੂਲ 'ਚ ਪੜ੍ਹਦੀ ਹੈ ਤੇ ਮੰਜੂ ਕਿਸ ਤਰ੍ਹਾਂ ਦੇ ਸਕੂਲ 'ਚ ਪੜ੍ਹਦੀ ਹੈ ਕੋਈ ਡਰੈਸ ਤੋਂ ਡਿਫਰੈਂਸ ਲੱਗ ਰਿਹਾ ਪਲੀਜ਼ ਰੇਜ਼ ਯੋਰ ਹੈਂਡਸ ਨੋ ਕਲੈਕਟਰ ਰਿਸਪੌਂਸ ਸਾਰਿਆਂ ਨੇ ਆਪਣੇ ਹੱਥ ਖੜੇ ਕਰਨੇ ਜਿਨ੍ਹਾਂ ਨੂੰ ਪਤਾ ਲੱਗਦਾ ਕਲੈਕਟਰ ਰਿਸਪੌਂਸ ਨਹੀਂ ਦੇਣਾ ਪਲੀਜ਼ ਰੇਜ਼ ਯੋਰ ਹੈਂਡਸ ਦੋਨਾਂ ਦੀ ਡਰੈਸ ਤੋਂ ਕੀ ਪਤਾ ਲੱਗਦਾ ਯੈਸ ਗੁੱਡ ਪਲੀਜ਼ ਸਰ ਕੀ ਪਤਾ ਲੱਗਦਾ ਦੋਨਾਂ ਦੀ ਡਰੈਸ ਤੋਂ ਸ਼ੀ ਇਜ਼ ਇਨ low medium school and she is in high school. Okay, you can say she is learning in a government school and she is learning in a public school. There may be difference from the dress. First difference, okay. Now we will see in the father and mother there is key difference hai. Jehdi Anju hai, ohda dil ki karda dance karna te Manju ki kardi hai painting karna. ਅੰਜੂ ਦਾ ਕੀ ਮਨ ਕਰਦਾ ਡਾਂਸ ਕਰਨ ਨੂੰ ਮੰਜੂ ਦਾ ਮਨ ਕਰਦਾ ਦੋਨਾਂ ਦੀ ਆਪਣੀ ਚੋਇਸ ਨੇ ਕਿਸੇ ਦਾ ਡਾਂਸਿੰਗ ਨੂੰ ਮਨ ਕਰ ਸਕਦਾ ਕਿਸੇ ਨੂੰ ਪੇਂਟਿੰਗ ਦਾ ਇਹ ਕਿਹਦਾ ਘਰ ਹੈ ਮੰਜੂ ਦਾ ਤੇ ਕਿਹਦਾ ਘਰ ਹੈ ਅੰਜੂ ਓਕੇ ਇਹ ਅੰਜੂ ਦਾ ਘਰ ਹੈ ਤੇ ਦੂਸਰੇ ਵਾਲਾ ਮੰਜੂ ਦਾ ਘਰ ਹੈ ਇਹ ਮੰਜੂ ਦੇ ਫਾਦਰ ਨੇ ਜੋ ਇੱਕ ਆਫਿਸ 'ਚ ਵਰਕ ਕਰਦੇ ਆ ਇਹ ਅੰਜੂ ਦੇ ਫਾਦਰ ਨੇ ਜੋ ਇੱਕ ਖੇਤ ਦੇ ਵਿੱਚ ਕੰਮ ਕਰਦੇ ਆ ਮਜ਼ਦੂਰੀ ਦਾ ਕੰਮ ਕਰਦੇ ਆ ਮਦਰ ਨੇ ਜੋ ਇੱਕ ਅੱਛੇ ਸਕੂਲ ਟੀਚਰ ਲੱਗੇ ਹੋਏ ਨੇ ਇਹ ਅੰਜੂ ਦੇ ਮਦਰ ਨੇ ਜੋ ਫਾਰਮ ਦੇ ਵਿੱਚ ਆਪਣੇ ਹਸਬੈਂਡ ਨਾਲ ਆਪਣੇ ਪਤੀ ਨਾਲ ਘਰ ਦੇ ਗੁਜ਼ਾਰੇ ਵਾਸਤੇ ਕੰਮ ਕਰਦੇ ਹੁਣ ਆਪਾਂ ਤਿੰਨ ਚਾਰ ਡਿਫਰੈਂਸਿਸ ਦੇਖੇ ਕਿ ਜਿਹੜੇ ਅੰਜੂ ਸੀ ਅੰਜੂ ਦੇ ਫਾਦਰ ਖੇਤ 'ਚ ਕੰਮ ਕਰਦੇ ਸੀ ਮਜ਼ਦੂਰੀ ਦਾ ਮੰਜੂ ਦੇ ਫਾਦਰ ਆਫਿਸ 'ਚ ਕੰਮ ਕਰਦੇ ਸੀ ਅੰਜੂ ਦੇ ਮਦਰ ਵੀ ਖੇਤਾਂ 'ਚ ਕੰਮ ਕਰਦੇ ਨੇ ਤੇ ਮੰਜੂ ਦੇ ਮਦਰ ਟੀਚਰ ਨੇ ਅੰਜੂ ਇੱਕ ਬਹੁਤ ਛੋਟੇ ਜਿਹੇ ਘਰ ਦੇ ਵਿੱਚ ਰਹਿ ਰਹੀ ਹੈ ਜਿਹਦੀ ਛੱਤ ਵੀ ਕੱਚੀ ਹੈ ਤੇ ਮੰਜੂ ਇੱਕ ਬੜੇ ਵਧੀਆ ਘਰ ਦੇ ਵਿੱਚ ਰਹਿ ਰਹੀ ਹੈ ਹੋਇਆ ਕਿ ਬੱਚੇ ਇਹਨਾਂ ਦੋਨਾਂ ਲੜਕੀਆਂ ਨੂੰ ਕੁਛ ਕੰਡੀਸ਼ਨਸ ਇੱਦਾਂ ਦੀਆਂ ਕ੍ਰੀਏਟ ਹੋਈਆਂ ਇਹਨਾਂ ਨੂੰ ਆਪਣੀ ਐਜੂਕੇਸ਼ਨ ਛੱਡਣੀ ਪਈ ਦੋਨੋਂ ਪੜ੍ਹਦੀਆਂ ਸੀ ਦੋਨੋਂ ਪੜ੍ਹਦੀਆਂ ਦੱਸਿਆ ਸੀ ਕਿ ਹੌਬੀ ਕੀ ਸੀ ਡਾਂਸਿੰਗ ਦੂਜੀ ਦੀ ਹੌਬੀ ਕੀ ਸੀ ਪੇਂਟਿੰਗ ਹੁਣ ਹੋਇਆ ਕਿ ਇਹਨਾਂ ਦੇ ਵਿੱਚੋਂ ਅੰਜੂ ਨੂੰ ਆਪਣੀ ਸਟੱਡੀ ਪਿੱਛੇ ਛੱਡਣੀ ਪੈ ਗਈ ਤੇ ਮੰਜੂ ਹੁਣ ਵੀ ਪੜ੍ਹ ਰਹੀ ਹੈ ਕੀ ਤੁਸੀਂ ਡਿਫਰੈਂਸ ਦੱਸ ਸਕਦੇ ਹੋ ਕਿ ਅੰਜੂ ਨੂੰ ਆਪਣੀ ਪੜ੍ਹਾਈ ਕਿਉਂ ਛੱਡਣੀ ਪੈ ਗਈ ਪਲੀਜ਼ ਰੇਜ਼ ਯੋਰ ਹੈਂਡਸ ਕੀ ਕਾਰਨ ਹੋ ਸਕਦੇ ਨੇ ਕਿ ਅੰਜੂ ਨੂੰ ਆਪਣੀ ਪੜ੍ਹਾਈ ਵਿੱਚ ਹੀ ਕਿਉਂ ਛੱਡਣੀ ਉਹ ਵੀ 9th ਕਲਾਸ ਹੋ ਗਈ ਸੀ 9th ਕਲਾਸ ਦੇ ਵਿੱਚ ਜਾ ਕੇ ਉਹਨਾਂ ਦੇ ਪੇਰੈਂਟਸ ਨੇ ਸਕੂਲ ਤੋਂ ਹਟਾਤਾ ਹੁਣ ਉਹ ਆਪਣੇ ਘਰ ਦੇ ਵਿੱਚ ਮਦਰ ਦੇ ਨਾਲ ਸਫਾਈ ਦਾ ਕੰਮ ਕਰਦੀ ਹੈ ਤੇ ਮੰਜੂ ਅੱਜ ਵੀ ਇੰਜੋਏ ਕਰਦੀ ਹੈ ਕੀ ਡਿਫਰੈਂਸ ਹੋ ਸਕਦਾ ਦੋਨਾਂ 'ਚ ਵਟ ਇਜ਼ ਦ ਡਿਫਰੈਂਸ ਬੀਨ ਅੰਜੂ ਐਂਡ ਮੰਜੂ ਐਂਡ ਵਾਈ ਅੰਜੂ ਅੰਜੂ ਹੈਵ ਲੈਫਟ ਦ ਸਕੂਲ ਕੀ ਰੀਜ਼ਨ ਹੋ ਸਕਦਾ ਕਿ ਅੰਜੂ ਦਾ ਸਕੂਲ ਕਿਉਂ ਛੱਡ ਯੈਸ ਪਲੀਜ਼ ਆਈ ਗੈਟ ਯੂ ਦੋਨਾਂ ਦੀ ਸਿਚੁਏਸ਼ਨ ਪੜੀ ਹੈ ਨਾ ਅੰਜੂ ਦੇ ਕੰਡੀਸ਼ਨ ਸੀ ਇੱਕ
What was the main reason to left the school? Yes, right? कोई भी आइडिया? Yes, good, good. ये रीजन हो सकता है स्कूल छोड़ दिया. ये रीजन हो सकता है स्कूल छोड़ दिया. हाँ बच्चे, stand up please. Very good. की नाम है बेटा तेरा? आरती. आरती ने दसिया कहती अंजू गरीब सी क्योंकि जिहड़ियां कंडीशन दसियां जा रही ने उन्हां कंडीशन दे विच उन्हां कोल शायद इन्ना पैसा नहीं सी कि वो अपने बच्चे नूं पढ़ा सकदे जां उन्हां ने उस बच्चे तों होर कम लेना सी. सो अंजू की सी गरीबी दे कारण जो स्कूल तों हट गई. सो इहदा रीजन की होया? पॉवर्टी. अज दा साडा टॉपिक की है? नोट करो कॉपियां ते प्लीज नोट करो योर नोट बुक्स. टुडे वी विल लर्न अबाउट पॉवर्टी. पंजाबी लिखते हैं पॉवर्टी एंड इट्स टाइप्स. पॉवर्टी एंड इट्स टाइप्स प्लीज नोट डाउन योर नोट बुक्स. आज की बात करेंगे पॉवर्टी की है. पॉवर्टी को मैं डिफाइन कर रहे हैं. पॉवर्टी की कंडीशन की होती है. पॉवर्टी के टाइप्स की होती है. ਤੇ ਥੋੜਾ ਜਿਹਾ ਡਿਸਕਸ ਕਰਾਂਗੇ ਕਿ ਕਿਹੜੇ ਕਿਹੜੇ ਕਾਰਨ ਕਰਕੇ ਪਾਵਰਟੀ ਹੁੰਦੀ ਹੈ. 9th ਕਲਾਸ ਦਾ ਟੌਪਿਕ ਹੈ ਤੁਹਾਡੇ ਬੁੱਕ ਦੇ ਵਿੱਚ ਪਾਵਰਟੀ ਦਾ ਮੀਨਿੰਗ, ਉਹਦੀ ਡੈਫੀਨੇਸ਼ਨ, ਉਹਦੇ ਟਾਈਪਸ ਐਂਡ ਦੇ ਕਾਰਨ. ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਕਿ ਕਿਸੇ ਵੀ ਹਿਊਮਨ ਬੀਂਗ ਨੂੰ ਜਿਉਂਦਾ ਰਹਿਣ ਲਈ ਜੋ ਟੋਟਲ ਤੁਸੀਂ 11:30 ਵਜੇ ਤੱਕ ਦੇ ਰਿਸਰਚ ਦਾ ਟਾਈਮ ਹੋਏਗਾ ਜੇ ਤੋਂ ਲੱਗੀ ਹੋਈ ਤੁਸੀਂ ਕੀ ਖਾਣੇ ਖਾਣ ਜਾਂ ਰੋਟੀ ਤੇ ਅਸੀਂ ਆਪਣੇ ਸਰੀਰ ਨੂੰ ਘਟਣ ਵਾਸਤੇ ਤਨ ਨੂੰ ਘਟਣ ਵਾਸਤੇ ਕੀ ਪਾਉਂਦੇ ਆ? ਲੁੱਕ ਲਾਈਕ ਟੂ ਰਿਸਪੌਂਸ ਵੇਵ ਯਰ ਹੈਂਡ. ਯੈਸ ਪਲੀਜ਼ ਵੈਰੀ ਵੀ ਵੇਅਰ ਕਲੋਥਸ. ਤੇ ਰਹਿਣ ਵਾਸਤੇ ਤੁਹਾਨੂੰ ਕੀ ਚਾਹੀਦਾ? ਯੈਸ ਹਾਊਸ. ਤਿੰਨ ਚੀਜ਼ਾਂ ਦੱਸੀਆਂ. ਪਲੀਜ਼ ਸਿਟ ਡਾਊਨ ਵਰਡ. ਇਸ ਬੱਚੇ ਨੇ ਦੱਸਿਆ ਹਾਊਸ, ਇਸ ਬੱਚੇ ਨੇ ਦੱਸਿਆ ਕਲੋਥਸ, ਇਸ ਬੱਚੇ ਨੇ ਦੱਸਿਆ ਖਾਣਾ. ਤਿੰਨ ਚੀਜ਼ਾਂ ਨੇ ਰੋਟੀ, ਕੱਪੜਾ ਤੇ ਮਕਾਨ. ਜੇ ਕਿਸੇ ਵੀ ਬੰਦੇ ਨੂੰ ਤਿੰਨਾਂ ਚੀਜ਼ਾਂ ਨੂੰ ਕੀ ਬੋਲਦੇ ਹਾਂ ਆਪਾਂ? ਵਟ ਵੀ ਕਾਲ ਦੀਸ ਥ੍ਰੀ ਥਿੰਗਸ. ਬ੍ਰੈਡ, ਬਟਰ, ਬ੍ਰੈਡ, ਬ੍ਰੈਡ ਰੋਟੀ ਹੋ ਗਈ, ਘਰ ਹੋ ਗਿਆ ਹਾਊਸ, ਤੇ ਨਾਲ ਤੁਹਾਡੇ ਕਲੋਥ. ਜੇ ਤਿੰਨ ਚੀਜ਼ਾਂ ਨਾਮ ਦਿੰਦੇ ਹਨ ਰੋਟੀ, ਕੱਪੜਾ ਤੇ ਮਕਾਨ, ਇਹਨਾਂ ਤਿੰਨੋਂ ਚੀਜ਼ਾਂ ਨੂੰ ਕੀ ਬੋਲਦੇ ਹਾਂ ਆਪਾਂ? ਵਟ ਵੀ ਕਾਲ ਅ ਸਿੰਗਲ ਵਰਡ ਫਾਰ ਦੀਸ ਥ੍ਰੀ ਥਿੰਗਸ. ਤਿੰਨੋਂ ਚੀਜ਼ਾਂ ਵਾਸਤੇ ਇੱਕ ਸਿੰਗਲ ਵਰਡ ਯੂਜ਼ ਕਰਦੇ ਹਾਂ ਆਪਾਂ, ਸਿੰਗਲ ਸ਼ਬਦ ਯੂਜ਼ ਕਰਦੇ ਹਾਂ ਇਨ ਦਾ. ਯੈਸ ਤੁਸੀਂ ਟਰਾਈ ਕਰ ਰਹੇ ਪਾਵਰਟੀ ਕਹਿ ਸਕਦੇ ਹਾਂ, ਬਟ ਇੱਕ ਵਰਡ ਯੂਜ ਕਰਦੇ ਹਾਂ ਆਪਾਂ ਤਿੰਨਾਂ ਵਾਸਤੇ. ਟਰਾਈ ਕਰਿਆ ਕਿ ਰੋਟੀ, ਕੱਪੜਾ ਤੇ ਮਕਾਨ ਇਹ ਸਾਡੇ ਕੀ ਨੇ? ਯੈਸ ਵੈਰੀ ਗੁੱਡ. ਇਹ ਸਾਡੇ ਤਿੰਨਾਂ ਦੇ ਤਿੰਨੋਂ ਚੀਜ਼ਾਂ ਨੂੰ ਅਸੀਂ ਕੀ ਬੋਲਦੇ ਹਾਂ? ਸਾਡੀਆਂ ਬੇਸਿਕ ਨੀਡ ਜਾਂ ਸਾਡੀਆਂ ਬੋਲਦੇ ਹਾਂ ਲੋੜਾਂ. ਜੇ ਕਿਸੇ ਵਿਅਕਤੀ ਦੀਆਂ ਤਿੰਨੋਂ ਮੁੱਢਲੀਆਂ ਲੋੜਾਂ ਹੁੰਦੀਆਂ ਨਾ ਹੋਣ, ਅਸੀਂ ਉਸ ਵਿਅਕਤੀ ਨੂੰ ਕਹਾਂ ਕਿਸੇ ਨੂੰ ਖਾਣ ਲਈ ਰੋਟੀ ਨਾ ਮਿਲਦੀ ਹੋਵੇ, ਪਹਿਨਣ ਲਈ ਕੱਪੜਾ ਨਾ ਮਿਲਦਾ ਹੋਵੇ, ਤੇ ਰਹਿਣ ਲਈ ਘਰ ਨਾ ਮਿਲਦਾ ਹੋਵੇ, ਅਸੀਂ ਉਸ ਵਿਅਕਤੀ ਨੂੰ ਕੀ ਆਖਾਂ? ਵਟ ਵੀ ਕਾਲ ਦੈਟ ਪਰਸਨ ਵਿਚ ਹੈਵ ਨਾਟ ਦ ਯੈਸ ਵੀ ਵਿਲ ਕਾਲ ਹਿਮ ਪੂਅਰ, ਨਾਟ ਪਾਵਰਟੀ. ਪਾਵਰਟੀ ਦਾ ਕੰਸੈਪਟ ਉਹ ਵਿਅਕਤੀ ਨਾਲ ਆਏਗਾ ਪੂਅਰ. ਜੇ ਕਿਸੇ ਵੀ ਵਿਅਕਤੀ ਦੀਆਂ ਤਿੰਨੋਂ ਮੁੱਢੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਰੋਟੀ, ਕੱਪੜਾ ਤੇ ਮਕਾਨ, ਅਸੀਂ ਉਸ ਕਰਦੇ ਹਾਂ, ਇਹ ਵੀ ਉਸ ਦਾ ਇੱਕ ਕਾਮਨ ਵਿਅਕਤੀ. ਇਹਦੇ ਨਾਲ ਬੱਚੇ ਅਲੱਗ ਅਲੱਗ ਕੰਟਰੀ ਨੇ, ਅਲੱਗ ਅਲੱਗ ਸਮਾਜ ਸੁਧਾਰਕ ਨੇ, ਅਲੱਗ ਅਲੱਗ ਸਰਕਾਰਾਂ ਨੇ ਜਿਹੜੀਆਂ ਟਾਈਮ ਟੂ ਟਾਈਮ ਪਾਵਰਟੀ ਨੂੰ ਚੇਂਜ ਕਰਦੀਆਂ ਨੇ. ਜਿਵੇਂ ਆਪਾਂ ਆਪਣੇ ਕੋਲ ਰੋਟੀ, ਕੱਪੜਾ,
ਸਾਥ ਦੇ ਨਾਲ ਨਹੀਂ ਕਰਦਾ ਉਹ ਨੂੰ ਪਾਇਆ ਪੂਰ ਇਹਦੇ ਵਿੱਚ ਕਿਹਨਾਂ ਗੌਰਮੈਂਟ ਨੇ ਅਲੱਗ ਤੋਂ ਮੈਸੇਜ ਦਿੱਤਾ ਹੈ ਸਭ ਤੋਂ ਪਹਿਲਾਂ ਕੋਸ਼ਿਸ਼ ਕਰਨਾ ਹੈ ਪਾਵਰਟੀ ਨੂੰ ਪ੍ਰਭਾਵਿਤ ਕਰਨ ਦੀ ਫਿਰ ਪਾਵਰਟੀ ਨੂੰ ਮਾਪਣ ਤੁਸੀਂ ਮੈਂ ਦੱਸਿਆ ਸੀ ਜੇ ਬੱਚੇ ਨੂੰ ਛੋਟੀ ਉਮਰ ਚ ਕੰਮ ਕਰਨਾ ਪੈ ਰਿਹਾ ਜਾਂ ਉਹ ਪਰਸਨ ਬੈਠਾ ਗਰੀਬੀ ਕੀ ਹੈ
ਭੁੱਖਮਰੀ ਹੈ। ਭੁੱਖਮਰੀ ਕੀ ਹੁੰਦੀ ਹੈ? ਜੋ ਉਹਦਾ ਭੁੱਖਾ ਮਰ ਰਿਹਾ ਹੋਵੇ, ਉਹਨੂੰ ਖਾਣ ਵਾਸਤੇ ਗਰੀਬ ਦਾ ਭੋਜਨ ਨਾ ਮਿਲਦਾ ਹੋਵੇ। ਫਿਰ ਗਰੀਬ ਬਿਮਾਰ ਪੈ ਜਾਂਦੇ, ਡਾਕਟਰ ਕੋਲ ਜਾਂਦੇ ਅਸਮਰੱਥ। ਜੇ ਗਰੀਬ ਨੂੰ ਕੋਈ ਬਿਮਾਰੀ ਹੋ ਗਈ ਹੈ, ਜੇ ਕਿਸੇ ਕੋਲ ਪੈਸੇ ਨੇ, ਉਹ ਜਾ ਕੇ ਆਪਣੇ ਇਲਾਜ ਕਰਵਾ ਲਏਗਾ, ਬਟ ਪੂਰ ਪੀਪਲ ਕੈਨ ਨਾਟ ਗੋ ਟੂ ਦਾ ਡਾਕਟਰ। ਦੈਨ ਥਰਡ, ਗਰੀਬ ਸਕੂਲ ਜਾਣ ਦੇ ਸਮਰੱਥ ਹੁੰਦਾ ਹੈ। ਜਿਸ ਤਰ੍ਹਾਂ ਸਾਡੀ ਐਗਜ਼ਾਮਪਲ ਦੇ ਵਿੱਚ ਅਨੂ ਸਕੂਲ ਨਹੀਂ ਜਾ ਸਕਦੀ ਸੀ, ਅਨੂ ਆਪਣਾ ਸਕੂਲ ਛੱਡਣਾ ਪੈ ਗਿਆ ਸੀ। ਉਹਨੂੰ ਆਪਣੇ ਮਾਂ ਮਦਰ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਵਾਸਤੇ ਜਾਣਾ ਪੈਂਦਾ ਸੀ। ਫਿਰ ਗਰੀਬ ਕੋਲ ਕੋਈ ਵੀ ਨੌਕਰੀ ਨਹੀਂ ਹੁੰਦੀ, ਅਨਇੰਪਲਾਇਮੈਂਟ ਹੁੰਦੀ ਹੈ, ਕਿਉਂਕਿ ਜੇ ਇੰਪਲਾਇਮੈਂਟ ਹੋਏਗੀ ਤਾਂ ਉਹ ਪੈਸਾ ਕਮਾ ਕੇ ਇਹਨਾਂ ਨੂੰ ਪੂਰੀਆਂ ਕਰ ਸਕਦਾ, ਅਦਰਵਾਈਜ਼ ਉਹ ਪੂਰੀਆਂ ਨਹੀਂ ਕਰ ਸਕਦਾ। ਇਹ ਕੁਛ ਸਟਾਰਟ ਨੇ, ਇੱਕ ਅਲੱਗ ਤਰ੍ਹਾਂ ਦਾ ਡਿਫਾਈਨ ਕੀਤਾ ਰੱਬੀ ਐਂਡ ਕਿੱਲਾ ਨੇ। ਦੋ ਡੈਫੀਨੇਸ਼ਨ ਹੋ ਗਈਆਂ, ਇੱਕ ਆਪਾਂ ਪੜ੍ਹਾਈ ਸੀ ਦੀਆਂ ਮੁੱਢਲੀਆਂ ਲੋੜਾਂ ਹੁੰਦੀਆਂ ਨਾ ਹੁੰਦੀਆਂ ਹਨ, ਇੱਕ ਜਿਸ ਤਰ੍ਹਾਂ ਸਾਹਮਣੇ ਦੱਸਦੀ ਹੈ ਜੋ ਭੁੱਖਾ ਮਰ ਰਿਹਾ ਹੈ, ਜਿਸਨੂੰ ਡਾਕਟਰ ਕੋਲ ਜਾਣ ਵਾਸਤੇ, ਜਿਸਨੂੰ ਸਕੂਲ ਜਾਣ ਵਾਸਤੇ, ਜਿਸਨੂੰ ਨੌਕਰੀ। ਇੱਥੇ ਇੱਕ ਨਵੀਆਂ ਤਿੰਨ ਚੀਜ਼ਾਂ ਆ ਗਈਆਂ ਡੈਫੀਨੇਸ਼ਨ ਦੀਆਂ, ਇੱਕ ਤਾਂ ਭੁੱਖ ਹੈ, ਦੂਜੀ ਸੇਵਾਵਾਂ ਦੀਆਂ ਡਾਕਟਰ ਕੋਲ ਨਹੀਂ ਜਾ ਸਕਦਾ, ਤੀਜਾ ਜੋ ਐਜੂਕੇਸ਼ਨ ਨਹੀਂ ਲੈ ਸਕਦਾ, ਚੌਥਾ ਜਿਸਨੂੰ ਕੋਈ ਰੁਜ਼ਗਾਰ ਨਹੀਂ ਹੈ। ਹੁਣ ਇੱਕ ਪਾਵਰਟੀ ਦੀ ਇੱਕ ਨਵੀਂ ਪਰਿਭਾਸ਼ਾ ਸਾਹਮਣੇ ਆ, ਔਰ ਇਸ ਤੋਂ ਬਾਅਦ ਨੋਟ ਕਰੋ ਸਾਡੇ ਵਾਸਤੇ ਕੀ ਪ੍ਰੋਬਲਮ ਹੈ, ਕਿ ਅਸੀਂ ਕਿਹਨੂੰ ਗਰੀਬ ਮੰਨੀਏ, ਕਿਹਨੂੰ ਗਰੀਬ ਨਾ ਮੰਨੀਏ। ਇੱਕ ਗੱਲ ਦੱਸੋ ਕਿ ਜੇ ਕੋਈ ਬੰਦਾ ਗਰੀਬ ਹੋਏਗਾ, ਕਿਸੇ ਕੋਲ ਖਾਣਾ ਹੈ ਨਹੀਂ ਪ੍ਰੋਪਰ, ਉਹਦੀ ਸਿਹਤ ਕਿਹੋ ਜਿਹੀ ਹੋਏਗੀ? ਇੱਕ ਵਿਅਕਤੀ ਆ ਗਰੀਬ ਹੈ, ਉਹਦੇ ਕੋਲ ਪ੍ਰੋਪਰ ਖਾਣ ਵਾਸਤੇ ਚੀਜ਼ ਹੈ ਨਹੀਂ, ਉਹਨੂੰ ਔਖੀਆਂ ਕੰਡੀਸ਼ਨ ਚ ਕੰਮ ਕਰਨਾ ਪੈ ਰਿਹਾ, ਤਾਂ ਉਹਦੀ ਸਿਹਤ ਕਿਹੋ ਜਿਹੀ ਹੋਏਗੀ? ਹਾਂਜੀ ਬੱਚੇ, ਆਪਾਂ ਕਿਹਾ ਕਿ ਉਹਨੂੰ ਖਾਣ ਵਾਸਤੇ ਕੀ ਮਿਲਦੇ ਨੇ, ਘੱਟ ਪੌਸ਼ਟਿਕ। ਹੁਣ ਤੁਸੀਂ ਖਾਣਾ ਦੇਖੋਗੇ, ਜਿਹੜਾ ਬੰਦਾ ਗਰੀਬ ਹੋ, ਉਹਦੇ ਦੋ ਰੋਟੀਆਂ ਖਾਏਗਾ, ਨਾ ਥੋੜ੍ਹੀ ਦਾਲ ਹੋਏਗੀ। ਜਿਹੜਾ ਅਮੀਰ ਵਿਅਕਤੀ ਹੋ ਸਕਦਾ, ਜਿਹਦੇ ਕੋਲ ਪੈਸੇ ਹੋਣਗੇ, ਨਾਲ ਸਲਾਦ ਵੀ ਖਾਏਗਾ, ਨਾਲ ਸਬਜ਼ੀ ਵੀ ਹੋਏਗੀ, ਨਾਲ ਮਿਲਕ ਵੀ ਹੋਏਗਾ, ਨਾਲ ਦਹੀਂ ਵੀ ਹੋਏਗਾ। ਦੋਨਾਂ 'ਚ ਫਰਕ ਹੈ ਨਾ? ਸਾਇੰਸ 'ਚ ਆਪਾਂ ਪੜ੍ਹਦੇ ਹਾਂ ਕਿ ਦੋਨਾਂ ਦੇ ਪੌਸ਼ਟਿਕ ਤੱਤ ਕੀ ਹੋਏਗਾ, ਡਿਫਰੈਂਸ ਹੋਏਗਾ ਇਨ ਦੇਅਰ ਡਾਇਟ। ਦ ਰਿਚ ਆਰ ਟੇਕਿੰਗ ਦ ਬੈਲੈਂਸ ਡਾਇਟ ਐਂਡ ਦ ਪੂਅਰ ਆਰ ਨਾਟ ਟੇਕਿੰਗ ਪ੍ਰੋਪਰ। ਖਾਣਾ ਮਹਿੰਗਾ ਹੋ ਸਕਦਾ, ਦੋ ਰੋਟੀਆਂ ਮਹਿੰਗੀਆਂ ਹੋ ਸਕਦੀਆਂ ਨੇ, ਉਹ ਸੁੱਕੀਆਂ ਵੀ ਹੋ ਸਕਦੀਆਂ ਨੇ, ਉਹ ਪ੍ਰੋਪਰ ਉਹਨਾਂ ਸਾਰਾ ਪੌਸ਼ਟਿਕ ਤੱਤ ਹੈਗੇ ਨੇ ਕਿ ਨਹੀਂ ਹੈਗੇ, ਕੁਛ ਸ਼ੁਰੂ ਤਾਂ ਨਹੀਂ ਹੈਗਾ। ਇਸ ਤੋਂ ਭਾਵ ਕੀ ਹੈ ਕਿ ਜਿਹੜਾ ਗਰੀਬ ਵਿਅਕਤੀ ਨੂੰ ਪੌਸ਼ਟਿਕ ਤੱਤ ਵੱਧ ਮਿਲਣਗੇ ਘੱਟ, ਪੌਸ਼ਟਿਕ ਤੱਤ ਵੱਧ ਮਿਲਣਗੇ ਘੱਟ, ਯੈਸ, ਉਹਨੂੰ ਕੀ ਮਿਲਦਾ? ਘੱਟ ਪੌਸ਼ਟਿਕ ਤੱਤਾਂ ਵਾਲਾ ਭੋਜਨ ਮਿਲਦਾ। ਜਿਹੜੇ ਵਿਅਕਤੀ ਨੂੰ ਘੱਟ ਪੌਸ਼ਟਿਕ ਤੱਤਾਂ ਵਾਲਾ ਭੋਜਨ ਮਿਲਦਾ, ਉਹਦੀ ਕੰਮ ਕਰਨ ਦੀ ਕਾਰਗੁਜ਼ਾਰੀ ਕਿਵੇਂ ਹੋਏਗੀ? The work efficiency of that person will be high or low? Obviously, the work efficiency, jab ek kaam karne ki karyakshmata ki hogi, note kar lo, karyakshmata cut, us vyakti ke kaam karne ki karyakshmata ki hogi cut hogi। ਜਦੋਂ ਵੀ ਤੁਸੀਂ ਕਿਸੇ ਬੰਦੇ ਤੋਂ ਕੰਮ ਕਰਵਾਉਂਦੇ ਹੋ ਘਰ ਦੇ ਵਿੱਚ, ਜਾਂ ਤੁਹਾਡੇ ਪੇਰੈਂਟਸ ਕੰਮ ਕਰਵਾਉਂਦੇ ਨੇ, ਜਿਹੜਾ ਬੰਦਾ ਘੱਟ ਕੰਮ ਕਰਦਾ ਉਹਨੂੰ ਪੈਸੇ ਜ਼ਿਆਦਾ ਦਿੰਦੇ ਆ, ਜਿਹੜਾ ਵੱਧ ਕੰਮ ਕਰਦਾ, ਜਿਹੜਾ ਵੱਧ ਕੰਮ ਕਰਦਾ। ਜੇ ਘੱਟ ਕੰਮ ਕਰ ਰਿਹਾ ਤੇ ਕਾਰਗੁਜ਼ਾਰੀ ਘੱਟ ਆ, ਤੇ ਮਜ਼ਦੂਰੀ ਕਿਵੇਂ ਆਏਗੀ? ਮਜ਼ਦੂਰੀ ਕਿਵੇਂ ਆਏਗੀ? ਘੱਟਾ ਵੱਧ, ਉਹਦੀ ਵੇਜ਼ਸ ਕੀ ਹੋਣਗੀਆਂ? ਉਹਦੀ ਮਜ਼ਦੂਰੀ ਕਿਵੇਂ ਆਏਗੀ? ਘੱਟ। ਜਿਹਦੀ ਮਜ਼ਦੂਰੀ ਘੱਟ ਹੋਏਗੀ, ਉਹਦੀ ਆਮਦਨ ਜ਼ਿਆਦਾ ਹੋਏਗੀ? ਘੱਟ। ਉਹਦੀ ਆਮਦਨ ਵੀ ਕਿਵੇਂ ਆਏਗੀ? ਘੱਟ। ਕੀ ਹੋ ਗਿਆ? ਇੱਕ ਸਿਸਟਮ ਬਣ ਕੇ ਸ਼ੁਰੂ ਹੋ ਗਿਆ, ਘੱਟ ਪੌਸ਼ਟਿਕਤਾ ਵਾਲਾ ਭੋਜਨ ਖਾ ਰਿਹਾ, ਘੱਟ ਉਹਦੀ ਕੰਮ ਕਰਨ ਦੀ ਕਾਰਗੁਜ਼ਾਰੀ ਹੋ ਰਹੀ ਹੈ, ਘੱਟ ਉਹਨੂੰ ਮਜ਼ਦੂਰੀ ਮਿਲ ਰਹੀ ਹੈ, ਘੱਟ ਉਹਦੀ ਆਮਦਨ ਹੋ ਰਹੀ ਹੈ, ਘੱਟ ਆਮਦਨ ਦਾ ਕਿਵੇਂ ਦਾ ਭੋਜਨ ਖਰੀਦ ਸਕਦਾ? ਉਹ ਘੱਟ ਇਸ ਸਾਈਡ ਆਫ ਕਿੱਦਾਂ ਭੋਜਨ ਖਰੀਦੇਗਾ? ਉਹ ਹੁਣੇ ਦੱਸਿਆ ਸੀ ਆਨਸਰ,
गुड इज द सेम वेरी गुड एक काट का अंदर बन गया तो अंदर जाने से रहा हूं वेरी गुड एक सर्कल क्रिएट हो गया जिन्हों से की ले सकते हैं वी कैन कॉल इट द रिचीज ऑफ चक्कर वीसियस सर्कल ऑफ पॉवर्टी गरीबी का सेंटीमीटर या
ਫੀਲਡਸ ਦੇ ਵਿੱਚ ਆਪਾਂ ਮੈਜ਼ਰ ਕਰਦੇ ਹਾਂ। ਸੋ ਉਸੇ ਤਰੀਕੇ ਨਾਲ ਕੋਈ ਨਾ ਕੋਈ ਪੈਮਾਨਾ ਤਾਂ ਲੈਣਾ ਪਏਗਾ ਇਹ ਮੈਜ਼ਰ ਕਰਨ ਵਾਸਤੇ। ਕੌਂਟੂਰ ਹੈ, ਕੌਂਟੂਰ ਆਪਾਂ ਇਹ ਡਿਸਾਈਡ ਕਰਨਾ ਕਿ ਕੌਣ ਪਾਵਰਟੀ ਲਾਈਨ ਦੇ ਨੀਚੇ ਹੈ, ਕੌਣ ਪਾਵਰਟੀ ਲਾਈਨ ਦੇ ਉੱਪਰ ਹੈ, ਜਾਂ ਕੌਣ ਪੂਅਰ ਹੈ, ਕੌਣ ਨਾਟ ਪੂਅਰ ਹੈ। ਦੋਨੋਂ ਚੀਜ਼ਾਂ ਨੂੰ ਡਿਫਾਈਨ ਕਰਨਾ, ਉਹਦੇ ਵਾਸਤੇ ਸਾਨੂੰ ਇੱਕ ਪੈਮਾਨਾ ਲੈਣਾ ਪੈਂਦਾ। ਉਹ ਪੈਮਾਨਾ ਲੈਣ ਵਾਸਤੇ ਦੋਨੋਂ ਚੀਜ਼ਾਂ ਪਾਉਣੀਆਂ ਬਹੁਤ ਜ਼ਰੂਰੀ ਨੇ। ਪਹਿਲੀ ਹੈ ਐਬਸੋਲੂਟ ਪਾਵਰਟੀ, ਦੂਸਰੀ ਹੈ ਰੈਲੇਟਿਵ। ਐਬਸੋਲੂਟ ਪਾਵਰਟੀ ਵਿੱਚ ਕੀ ਭਾਵ ਹੈ ਕਿ ਜਦੋਂ ਆਪਾਂ ਕੋਈ ਫਿਕਸ ਰੱਖਦਾ ਕਿ ਇਸ ਤੋਂ ਉੱਪਰ ਵਾਲਾ ਪੂਅਰ ਹੈ, ਇਸ ਤੋਂ ਨੀਚੇ ਵਾਲਾ ਪੂਅਰ ਨਹੀਂ ਹੈ। ਮੰਨ ਲਓ ਇੱਕ ਲਾਈਨ ਖਿੱਚੀ ਹੈ, ਇਹ ਵੀ ਫਿਕਸ ਲਾਈਨ ਹੈ, ਇੱਕ ਉੱਪਰ ਵਾਲਾ ਪੂਅਰ ਹੈ, ਉੱਪਰ ਵਾਲਾ ਪੂਅਰ ਨਹੀਂ ਹੈ, ਨੀਚੇ ਵਾਲਾ। ਆਪਾਂ ਇਹ ਡਿਸਾਈਡ ਕਰ ਲਈਏ ਕਿ ਜਿਹੜਾ ਵਿਅਕਤੀ 100 ਰੁਪੀਜ਼ ਡੇਲੀ ਕਮਾਉਂਦਾ ਉਹ ਪੂਅਰ ਨਹੀਂ ਹੈ, ਜਿਹੜਾ 100 ਤੋਂ ਘੱਟ ਕਮਾਉਂਦਾ ਉਹ ਪੂਅਰ। ਆਪਾਂ ਕੀ ਮੰਨਦੇ, ਇੱਕ ਫਿਕਸ ਲਾਈਨ ਹੈ, ਚਾਹੇ 100 ਰੁਪੀਜ਼ ਚਾਹੇ 50 ਰੁਪੀਜ਼। ਪੜ੍ਹਾਂਗੇ ਤੇ ਆਪਣੇ ਕਮਿਸ਼ਨ ਨੇ ਕਿੰਨੀਆਂ ਮੰਨੀ ਹੋਈ ਆ, ਜੋ ਆਪਾਂ ਇੰਡੀਆ ਦੇ ਵਿੱਚ ਕੀ ਮੰਨਦੇ ਹਾਂ, 100 ਰੁਪੀਜ਼, 50 ਰੁਪੀਜ਼, 40 ਰੁਪੀਜ਼। ਆਪਾਂ ਜੋ ਫਿਗਰ ਮੰਨ ਲੈਂਦੇ ਹਾਂ ਕਿ ਫਿਗਰ ਤੋਂ ਉੱਪਰ ਵਾਲਾ ਪੂਅਰ ਨਹੀਂ ਹੈ, ਫਿਗਰ ਤੋਂ ਨੀਚੇ ਵਾਲਾ। ਜਦੋਂ ਇੱਕ ਫਿਕਸ ਲਾਈਨ ਮੰਨ ਲਈ, ਫਿਕਸ ਕ੍ਰਾਈਟੇਰੀਆ ਮੰਨ ਲਿਆ, ਉਹਨੂੰ ਅਸੀਂ ਬੋਲਦੇ ਹਾਂ ਐਬਸੋਲੂਟ ਪਾਵਰਟੀ। ਨਿਰਪੇਖ, ਉਹ ਸਾਰਿਆਂ ਵਾਸਤੇ ਸੇਮ ਹੋਏਗੀ, ਤੁਹਾਡੇ ਵਾਸਤੇ ਵੀ ਸੇਮ ਹੋਏਗੀ, ਕੋਈ ਬਿਹਾਰ ਚ ਰਹਿ ਰਿਹਾ ਉਹਦੇ ਵਾਸਤੇ ਵੀ ਸੇਮ ਹੋਏਗੀ, ਕੋਈ ਕੈਨੇਡਾ ਚ ਰਹਿ ਰਿਹਾ ਉਹਦੇ ਵਾਸਤੇ ਵੀ ਸੇਮ ਹੋ ਸਕਦੀ ਆ। ਕਿ ਕੰਟਰੀ ਟੂ ਕੰਟਰੀ ਡੇਲੀ ਕਰਨ ਦੇ ਚਾਂਸਸ ਬਹੁਤ ਜ਼ਿਆਦਾ ਘੱਟ ਨਹੀਂ ਬੋਲਦਾ, ਪਰ ਐਬਸੋਲੂਟ ਪਾਵਰਟੀ। ਐਬਸੋਲੂਟ ਪਾਵਰਟੀ ਨੂੰ ਕਿਵੇਂ ਕਰਦੇ, ਦੋ ਤਰੀਕੇ ਵਰਤੇ ਜਾਂਦੇ ਆ। ਇੱਕ ਕੀ ਹੈ ਕਿ ਕਿੰਨਾ ਬੰਦਾ ਖਰਚ ਕਰ ਰਿਹਾ, ਦੋ ਤਰੀਕੇ ਨੇ। ਇੱਕ ਕੀ ਹੈ ਐਕਸਪੈਂਡੀਚਰ, ਖਰਚ, ਦੂਸਰਾ ਕੀ ਹੈ ਕਿੰਨੇ ਕੈਲੋਰੀ। ਸਾਇੰਸ ਪੜ੍ਹਿਆ, ਪੌਸ਼ਟਿਕ ਤੱਤਾਂ ਵਿੱਚ ਭੋਜਨ ਚ ਕੀ ਹੁੰਦੀਆਂ ਨੇ, ਕੈਲੋਰੀਜ਼। ਔਰ ਜਿਹੜਾ ਬੈਲੈਂਸ ਡਾਇਟ ਹੋਏਗੀ ਜ਼ਿਆਦਾ ਕੈਲੋਰੀਜ਼ ਹੋਣਗੀਆਂ, ਵਧੀਆ ਭੋਜਨ ਹੋਏਗਾ। ਜਿਹੜੀ ਬੈਲੈਂਸ ਡਾਇਟ ਨਹੀਂ ਹੋਏਗੀ ਉਸ ਕੈਲੋਰੀਜ਼ ਘੱਟ ਹੋਣਗੀਆਂ। ਅਸੀਂ ਇਹ ਡਿਸਾਈਡ ਕਰ ਸਕਦੇ ਹਾਂ ਕਿ ਘੱਟ ਤੋਂ ਘੱਟ ਕਿੰਨੇ ਕੈਲੋਰੀ ਵਾਲਾ ਭੋਜਨ ਕਿਸੇ ਨੂੰ ਮਿਲੇਗਾ। ਜੇ ਉਸ ਕੈਲੋਰੀ ਤੋਂ ਭੋਜਨ ਘੱਟ ਮਿਲਦਾ ਉਹ ਕੀ ਹੋਏਗਾ, ਗਰੀਬ। ਜੇ ਉਸ ਨੂੰ ਕੈਲੋਰੀ ਤੋਂ ਭੋਜਨ ਜ਼ਿਆਦਾ ਮਿਲਦਾ ਫਿਰ ਉਹ ਗਰੀਬ। ਆਪਾਂ ਮਤਲਬ ਡਿਸਾਈਡ ਕਰਨਗੇ 2300 ਕੈਲੋਰੀ ਤੋਂ ਘੱਟ ਭੋਜਨ ਮਿਲਦਾ ਉਹ ਕੌਣ ਹੈ, ਗਰੀਬ। ਆਪਾਂ ਡਿਸਾਈਡ ਕਰਨਾ ਹੈ ਕਿ ਗਰੀਬ ਬੰਦਾ ਕੀ ਖਾਂਦਾ, ਕੀ ਉਹਦੇ ਖਾਣੇ ਦੇ ਵਿੱਚ ਹੁੰਦਾ, ਉਹ ਆਪਾਂ ਜਜਮੈਂਟ ਲਗਾ ਸਕਦੇ ਹਾਂ ਕਿੰਨੇ ਕੈਲੋਰੀ ਡੇਲੀ ਮਿਲ ਰਹੀ ਹੈ। ਜੇ ਉਸ ਕੈਲੋਰੀ ਤੋਂ ਨੀਚੇ ਮਿਲ ਜਾਣਗੇ ਉਹ ਕੌਣ ਹੋਏਗਾ, ਪੂਅਰ। ਜੇ ਉਸ ਕੈਲੋਰੀ ਤੋਂ ਉੱਪਰ ਮਿਲ ਜਾਣਗੇ ਫਿਰ ਪੂਅਰ ਨਹੀਂ। ਦੂਸਰੀ ਚੀਜ਼ ਕੀ ਹੈ, ਖਰਚ। ਆਪਾਂ ਦੂਜਾ ਇਹ ਵੀ ਡਿਸਾਈਡ ਕਰਦੇ ਹਾਂ ਕਿ ਕਿੰਨਾ ਵਿਅਕਤੀ ਖਰਚ ਕਰਦਾ। ਇਹਦੇ ਵਾਸਤੇ ਜਦੋਂ ਆਪਾਂ ਇਕਨੋਮਿਕਸ ਦੇ ਵਿੱਚ ਪਾਵਰਟੀ ਲਾਈਨ ਡਿਫਾਈਨ ਕਰਦੇ ਹਾਂ ਕਿ ਕਿਹੜਾ ਪਾਵਰਟੀ ਲਾਈਨ ਤੋਂ ਉੱਪਰ ਹੈ, ਕਿਹੜਾ ਪਾਵਰਟੀ ਲਾਈਨ ਤੋਂ ਨੀਚੇ ਹੈ, ਦੋਨੋਂ ਮੈਥਡ ਵਰਤੇ ਜਾਂਦੇ ਆ, ਪਹਿਲਾ ਕੈਲੋਰੀ ਵਾਲਾ, ਦੂਜਾ ਐਕਸਪੈਂਡੀਚਰ ਵਾਲਾ। ਸਲਾਈਡ ਦੇਖੋ, ਮੰਥਲੀ ਇਨਕਮ ਦੱਸੀ ਗਈ ਹੈ, ਇੱਥੇ ਕੀ ਪੜ੍ਹ ਰਹੇ ਹੋ, ਦਿਸ ਇਜ਼ ਤੰਦੂਲਕਰ ਪੈਨਲ, ਇਹ ਕੀ ਹੈ, ਰੰਗਾ ਰਾਜਨ ਪੈਨਲ। ਦੋ ਵਿਅਕਤੀ ਸੀ, ਇੱਕ ਸੀ ਤੰਦੂਲਕਰ, ਇੱਕ ਕਮੇਟੀ ਬਣੀ ਸੀ, ਸਰਕਾਰ ਨੇ ਕਮੇਟੀ ਬਣਾਈ ਸੀ, ਉਹ ਸੀ ਤੰਦੂਲਕਰ ਕਮੇਟੀ, ਜਿਹਨੇ ਇਹ ਡਿਸਾਈਡ ਕਰਨਾ ਸੀ ਕੌਣ ਪੂਰ ਹੈ, ਕੌਣ ਪੂਰ। ਫਿਰ ਇੱਕ ਕਮੇਟੀ ਹੋਰ ਬਣੀ, ਉਹ ਕੀ ਬਣੀ, ਰੰਗਾ ਰਾਜਨ ਕਮੇਟੀ। ਰੰਗਾ ਰਾਜਨ ਕਮੇਟੀ ਨੇ ਕੀ ਦੱਸਿਆ, ਕੌਣ ਪੂਰ ਹੈ, ਕੌਣ ਪੂਰ। ਦੇਖੋ ਤੁਸੀਂ ਦੋ ਬੱਚੇ ਬੈਠੇ ਹੋ, ਤੁਸੀਂ ਕਹੋ ਕਿ ਇੰਨੇ ਪੈਸੇ ਦਾ ਪੂਰ ਹੋ ਸਕਦਾ, ਤੁਸੀਂ ਕਹੋ ਇੰਨੇ ਪੈਸੇ ਦਾ ਪੂਰ ਹੋ ਸਕਦਾ। ਇਸੇ ਤਰ੍ਹਾਂ ਸਰਕਾਰਾਂ ਕੰਮ ਕਰਦੀਆਂ ਨੇ, ਸਰਕਾਰਾਂ ਨੇ, ਗਵਰਨਮੈਂਟ ਨੇ ਦੋ ਕਮੇਟੀਆਂ ਬਣਾਈਆਂ, ਇੱਕ ਕਮੇਟੀ ਬਣਾਈ ਤੰਦੂਲਕਰ ਕਮੇਟੀ, ਦੂਜੀ ਕਮੇਟੀ ਬਣਾਈ ਰੰਗਾ ਰਾਜਨ। ਤੰਦੂਲਕਰ ਕਮੇਟੀ ਕੀ ਕਹਿੰਦੀ ਕਿ ਜਿਹੜਾ ਵਿਅਕਤੀ ਪਿੰਡ ਦੇ ਵਿੱਚ ਰਹਿ ਰਿਹਾ, ਜੇ ਉਹ 600 ਤੇ 816 ਰੁਪਏ ਮਹੀਨੇ ਦੇ ਕਮਾ ਰਿਹਾ ਤਾਂ ਉਹ ਪੂਰ
ਮਹੀਨੇ ਚ ਖਰਚ ਕਰ ਰਿਹਾ ਐਕਸਪੈਂਡੀਚਰ ਦੇ ਬੇਸ ਤੇ ਪਰ ਕੈਪਟਾ ਐਕਸਪੈਂਡੀਚਰ ਕਹਿੰਦਾ ਕਿ 116 ਰੁਪਏ ਉਹ ਪਿੰਡ ਚ ਰਹਿ ਕੇ ਮਹੀਨੇ ਦਾ ਖਾ ਰਿਹਾ ਤਾਂ ਉਹ ਪੂਰ ਨਹੀਂ ਹੈ ਜਿਹੜਾ ਸ਼ਹਿਰ ਦੇ ਵਿੱਚ 1000 ਖਾ ਰਿਹਾ ਉਹ ਪੂਰ ਇਸ ਵੈਲਿਊ ਦੇ ਦਿੱਤੀ ਕਿ 816 ਤੇ 1000 ਦੂਜੀ ਕਮੇਟੀ ਕੀ ਬਣੀ ਰੰਗਾਰੰਗ ਕਮੇਟੀ ਜਿਹਨੇ ਕੀ ਕਿਹਾ ਜੇ ਕੋਈ ਵਿਅਕਤੀ ਪਿੰਡ ਚ ਰਹਿ ਕੇ 972 ਰੁਪਏ ਮਹੀਨੇ ਦਾ ਖਰਚ ਕਰ ਰਿਹਾ ਤੇ ਸ਼ਹਿਰ ਚ ਰਹਿ ਕੇ 1470 ਰੁਪਏ ਖਰਚ ਕਰ ਰਿਹਾ ਤਾਂ ਉਹ ਪੂਰ ਨਹੀਂ ਇਹ ਕੀ ਹੋ ਗਿਆ ਡਿਸੀਜਨ ਹੋ ਗਿਆ ਐਕਸਪੈਂਡੀਚਰ ਦੇ ਬੇਸ ਦੇ ਉੱਤੇ ਕਿ ਕਿਹਨੂੰ ਆਪਾਂ ਪੂਰ ਮੰਨਾਂਗੇ ਕਿਹਨੂੰ ਪੂਰ ਨਹੀਂ ਮੰਨਾਂਗੇ ਪਿੱਛੇ ਤੁਸੀਂ ਨਿਊਜ਼ ਪੜਿਆ ਹੋਣਾ ਬਹੁਤ ਸਾਰਾ ਆਇਆ ਸੀ ਕਿ ਰੰਗਾਰੰਗ ਕਮੇਟੀ ਹੈ ਜੇ ਆਪਾਂ ਨੂੰ ਮੰਨ ਇਹ ਆਪਾਂ ਹੁੰਦੇ ਲਿਖਿਆ ਸੀ ਨਾ ਜੇ ਪਰ ਡੇ ਦੇਖੀਏ 47 ਰੁਪਏ ਸ਼ਹਿਰ ਦੇ ਵਿੱਚ ਤੇ 32 ਰੁਪਏ ਪਿੰਡ ਦੇ ਵਿੱਚ ਇਹਦੇ ਅਕੋਰਡਿੰਗ ਦੱਸਿਆ ਗਿਆ ਕਿ ਜੇ ਕੋਈ ਵੀ ਵਿਅਕਤੀ ਪਿੰਡ ਚ ਰਹਿੰਦਾ ਬਹੁਤ ਸਾਰੀ ਖਬਰਾਂ ਸੁਣੀ ਆਉਣਗੀਆਂ ਨਿਊਜ਼ ਸੁਣੀ ਆਉਣਗੀਆਂ ਬਹੁਤ ਸਾਰਾ ਰੌਲਾ ਪਿਆ ਸੀ ਕਿ ਅਸੀਂ 32 ਰੁਪਏ ਚ 3 ਟਾਈਮ ਦਾ ਖਾਣਾ ਖਾ ਸਕਦੇ ਹਾਂ ਹੁਣ ਜੇ ਕੋਈ ਪਿੰਡ ਚ ਕਿਸੇ ਵਿਅਕਤੀ ਦੀ ਇਨਕਮ ਹੋਵੇ ਰੋਜ਼ ਦਾ ਖਰਚਾ ਹੋਵੇ 50 ਰੁਪਏ ਕੀ ਉਹ ਪੂਰਾ ਹੈ ਜਾਂ ਨਹੀਂ ਹੱਥ ਖੜੇ ਕਰੋਗੇ ਕੋਈ ਵਿਅਕਤੀ ਜੋ ਪਿੰਡ ਚ ਰਹਿ ਰਿਹਾ ਤੇ ਉਹਦਾ ਰੋਜ਼ ਦਾ ਖਰਚਾ ਡੇਲੀ ਦਾ ਖਰਚਾ ਖਾਣ ਪੀਣ ਦੇ ਕਿੰਨਾ 50 ਰੁਪਏ ਕੀ ਉਹ ਪੂਰਾ ਹੈ ਜਾਂ ਨਹੀਂ ਯੈਸ ਪਿੰਡ ਦੇ ਹੈਂਡਸ ਪਿੰਡ ਚ ਵਿਅਕਤੀ ਰਹਿ ਰਿਹਾ 50 ਰੁਪਏ ਦਾ ਰੋਜ਼ ਦਾ ਖਰਚਾ ਹਾਂਜੀ ਨਹੀਂ ਕਿਉਂ ਨਹੀਂ ਹੈਗਾ ਬੱਚੇ ਦੱਸੋ ਸਾਰਿਆਂ ਨੂੰ ਰੀਜ਼ਨ ਕੀ ਹੈ ਕਿਉਂ ਨਹੀਂ ਹੈਗਾ ਮੁਝੇ ਹੈਲਪ ਕਰੇਗਾ ਨਹੀਂ ਵਾਈ ਇਜ਼ ਨਾਟ ਪੂਅਰ ਦ ਪਰਸਨ ਹੂ ਹੈਸ 50 ਰੁਪੀਸ ਐਕਸਪੈਂਡ ਡੇਲੀ ਐਕਸਪੈਂਡੀਚਰ ਔਨ ਫੂਡ ਵਾਈ ਇਜ਼ ਨਾਟ ਪੂਅਰ ਯੈਸ ਪਲੀਜ਼ ਟੈਲ ਹਿਮ ਆਲਸੋ ਟੈਲ ਹਰ ਆਲਸੋ ਯੈਸ ਵੈਰੀ ਗੁੱਡ ਕਿਉਂਕਿ ਵੀ ਹੈ ਅਸੀਂ ਡਿਸਾਈਡ ਕੀ ਕੀਤਾ ਕਿ ਜਿਹੜੇ ਵੀ 32 ਰੁਪਏ ਤੋਂ ਉੱਪਰ ਕਿਸੇ ਦੀ ਵੀ ਇਨਕਮ ਆਏ ਤਾਂ ਉਹ ਪੂਅਰ ਨਹੀਂ ਹੈ ਜਦੋਂ 50 ਰੁਪਏ ਲੈ ਰਿਹਾ ਕਿ ਉਹ ਪੂਅਰ ਵਾਲੀ ਲੈਨ ਤੋਂ ਉੱਪਰ ਨਿਕਲ ਗਿਆ ਉਹ ਪਾਵਰਟੀ ਲੈਨ ਤੋਂ ਉੱਪਰ ਹੈ ਅਸੀਂ ਉਹਨੂੰ ਨਾਟ ਪੂਅਰ ਕਹਾਂਗੇ ਪਾਵਰਟੀ ਲੈਨ ਤੋਂ ਨੀਚੇ ਵਾਲੇ ਵੀ ਕਹਾਂਗੇ ਪੂਅਰ ਬੈਟਰ ਗੁੱਡ ਦੂਸਰੇ ਬੱਚੇ ਕੀ ਹੈ ਇਹ ਹੋਗੀ ਐਬਸੋਲੂਟ ਪਾਵਰਟੀ ਦੂਸਰੀ ਕੀ ਹੈ ਰਿਲੇਟਿਵ ਪਾਵਰਟੀ ਰਿਲੇਟਿਵ ਹੁੰਦੀ ਹੈ ਸਾਪੇਕ ਜੋ ਇੱਥੇ ਕੁਝ ਹੋਰ ਹੋ ਸਕਦੀ ਹੈ ਇੱਥੇ ਕੁਝ ਹੁਣ ਦੇਖੋ ਖਾਣ ਪੀਣ ਦੀ ਚੀਜ਼ ਹੈ ਜਦੋਂ ਆਪਾਂ ਪੰਜਾਬ ਚ ਰਹਾਂਗੇ ਪੰਜਾਬ ਦੇ ਲੋਕਾਂ ਦਾ ਖਾਣ ਦਾ ਰਹਿਣ ਸਹਿਣ ਹੋਰ ਹੋ ਸਕਦਾ ਜੇ ਕੈਨੇਡਾ ਜਾਓਗੇ ਉੱਥੋਂ ਦੇ ਲੋਕਾਂ ਦਾ ਖਾਣ ਦਾ ਰਹਿਣ ਸਹਿਣ ਹੋ ਸਕਦਾ 32 ਰੁਪਏ ਦੇ ਵਿੱਚ ਆਪਣੇ ਸੁਧਾਰ ਦੇ ਵਿੱਚ ਜਾਂ ਲੁਧਿਆਣੇ ਦੇ ਵਿੱਚ ਖਾਣਾ ਮਿਲ ਸਕਦਾ ਕੀ ਬੰਬੇ ਜਾਂ ਕੈਨੇਡਾ ਜਾ ਕੇ ਮਿਲ ਜਾਏਗਾ ਪੋਸੀਬਲ ਹੈ ਕਿਉਂਕਿ ਦੋਨੋਂ ਜਗ੍ਹਾ ਦਾ ਫਰਕ ਹੁੰਦਾ ਦੂਸਰੀ ਚੀਜ਼ ਪੰਜਾਬ ਦੇ ਲੋਕਾਂ ਦੀਆਂ ਇੰਡੀਆ ਦੇ ਲੋਕਾਂ ਦੀਆਂ ਲੋੜਾਂ ਹੋਰ ਹੋ ਸਕਦੀਆਂ ਨੇ ਬਾਹਰ ਦੇ ਲੋਕਾਂ ਦੀਆਂ ਲੋੜਾਂ ਪਰ ਸਾਡਾ ਰਹਿਣ ਸਹਿਣ ਦਾ ਢੰਗ ਸਾਡਾ ਖਾਣ ਪੀਣ ਦਾ ਢੰਗ ਸਾਡਾ ਖਰਚ ਕਰਨ ਦਾ ਢੰਗ ਡਿਫਰੈਂਟ ਆ ਜੇ ਬਿਹਾਰ ਦੇ ਵਿੱਚ ਜਾਣਾ ਉਹਨਾਂ ਦਾ ਡਿਫਰੈਂਟ ਹੈ ਉਹਨਾਂ ਕੀ ਹੋ ਗਿਆ ਦੇਰ ਇਜ਼ ਡਿਫਰੈਂਸ ਸੋ ਜਦੋਂ ਆਪਾਂ ਕਹਿੰਦੇ ਆ ਕਿ ਇੱਕੋ 32 ਰੁਪਏ ਦੇ ਨਾਲ ਹੀ ਆਪਾਂ ਮੈਜ਼ਰ ਨਹੀਂ ਕਰ ਸਕਦੇ ਕਿ ਪਿੰਡਾਂ ਇੱਥੇ ਪੰਜਾਬ ਦੇ ਪਿੰਡਾਂ ਦੀ ਵੀ ਤੇ ਬਿਹਾਰ ਦੇ ਪਿੰਡਾਂ ਦੀ ਵੀ ਸਾਨੂੰ ਦੋਨਾਂ ਨੂੰ ਕੀ ਚਾਹੀਦੇ ਨੇ ਅਲੱਗ ਅਲੱਗ ਪ੍ਰਮਾਣੇ ਚਾਹੀਦੇ ਨੇ ਬਿਹਾਰ ਵਾਲਿਆਂ ਵਾਸਤੇ ਅਲੱਗ ਪ੍ਰਮਾਣਾ ਪੰਜਾਬ ਵਾਲਿਆਂ ਵਾਸਤੇ ਇੰਡੀਆ ਵਾਲਿਆਂ ਵਾਸਤੇ ਅਲੱਗ ਪ੍ਰਮਾਣਾ ਕੈਨੇਡਾ ਵਾਲਿਆਂ ਵਾਸਤੇ ਅਲੱਗ ਪ੍ਰਮਾਣਾ
ਜਦੋਂ ਆਪਾਂ ਇਹ ਚੀਜ਼ ਦੇਖਦੇ ਹਾਂ, ਜਦੋਂ ਆਪਾਂ ਗਰੀਬੀ ਨੂੰ ਪਰਿਭਾਸ਼ਿਤ ਕਰਨ ਲੱਗੇ, ਇਹ ਦੇਖਦੇ ਹਾਂ ਕਿ ਇੱਕ ਮੰਨ ਲਓ ਪੰਜਾਬ ਚ ਆਪਾਂ ਲਈਏ ਕਿ 32 ਰੁਪਏ ਛੱਡਦੀ ਹੈ, ਆਪਾਂ ਇਹ ਦੇਖੀਏ ਕਿ 100 ਬੰਦਾ ਬੈਠਾ, 10 ਬੰਦਿਆਂ ਨੂੰ ਕਿਹੜੀਆਂ ਸਹੂਲਤਾਂ ਮਿਲਦੀਆਂ ਨੇ ਤੇ 90 ਨੂੰ ਕਿਹੜੀਆਂ ਮਿਲਦੀਆਂ ਨੇ। ਜੇ 90 ਵਿਅਕਤੀਆਂ ਨੂੰ ਸਕੂਲ ਜਾਣ ਦੀ ਫੈਸਿਲਿਟੀ ਮਿਲਦੀ ਹੈ, 90 ਵਿਅਕਤੀਆਂ ਨੂੰ ਡਾਕਟਰ ਕੋਲ ਜਾਣ ਦੀ ਫੈਸਿਲਿਟੀ ਮਿਲਦੀ ਹੈ, 90 ਵਿਅਕਤੀ ਬਹੁਤ ਵਧੀਆ ਘਰਾਂ 'ਚ ਰਹਿੰਦੇ ਨੇ, ਪਰ ਜਿਹੜੇ 10 ਵਿਅਕਤੀ ਨੂੰ ਕੱਚੇ ਮਕਾਨਾਂ 'ਚ ਰਹਿੰਦੇ ਨੇ, ਫਿਰ ਆਪਾਂ 10 ਵਿਅਕਤੀ ਨੂੰ ਕੀ ਕਹਾਂਗੇ? ਪੂਅਰ। ਸਮਝੇ? ਹੁਣ ਜੇ ਆਪਾਂ ਇਸੇ ਐਗਜ਼ਾਮਪਲ ਨੂੰ ਲੁਧਿਆਣੇ 'ਚ ਲੈ ਜਾਈਏ, 90 ਵਿਅਕਤੀ ਬਹੁਤ ਵੱਡੀਆਂ ਕੋਠੀਆਂ 'ਚ ਰਹਿੰਦੇ ਨੇ, 10 ਵਿਅਕਤੀ ਪੱਕੇ ਮਕਾਨਾਂ 'ਚ ਰਹਿੰਦੇ ਨੇ ਪਰ ਛੋਟੇ ਛੋਟੇ ਮਕਾਨ ਨੇ। ਹੁਣ ਜਿਹੜੇ 10 ਵਿਅਕਤੀ ਹੋਣਗੇ ਪੂਅਰ, ਜਿਹੜੇ ਛੋਟੇ ਮਕਾਨ 'ਚ ਰਹਿੰਦੇ ਨੇ ਉਹ ਕੀ ਹੋਣਗੇ? ਫਰਕ ਪੈ ਗਿਆ ਇੱਥੇ ਜਿਹੜੇ। A mediocre teacher explains, a good teacher demonstrates, and a great teacher inspires. A journey which began over 100 years ago, this is the story of Guru Har Gobind Sahib Khalsa College, also known as the Wonder in Rural Hinterland.